ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ, ਪੋਹ ਦਾ ਮਹੀਨਾ ਸਿੱਖ ਧਰਮ ਦੇ ਵਿੱਚ ਖਾਸ ਅਹਿਮੀਅਤ ਰੱਖਦਾ ਹੈ। ਪੋਹ ਦੇ ਮਹੀਨੇ ਦੇ ਵਿੱਚ ਕਲਗੀਧਰ ਪਾਤਸ਼ਾਹ ਨੇ ਬੜੇ ਅਹਿਮ ਫੈਸਲੇ ਲਏ। ਆਨੰਦਾਂ ਦੀ ਪੁਰੀ ਨੂੰ ਛੱਡਣਾ, ਸਰਸਾ ਦੇ ਘਾਟ 'ਤੇ ਪਰਿਵਾਰ ਦਾ ਵਿਛੋੜਾ ਪੈ ਜਾਣਾ, ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ ਨੂੰ ਲੈ ਕੇ ਮਾਤਾ ਗੁਜਰੀ ਜੀ ਅਣਮਿੱਥੀ ਮੰਜ਼ਿਲ ਵੱਲ ਤੁਰੇ ਜਾ ਰਹੇ ਨੇ। ਸਾਹਿਬਜ਼ਾਦਿਆਂ ਦੇ ਸਵਾਲਾਂ ਦਾ ਉੱਤਰ ਜਿਵੇਂ ਮਾਤਾ ਜੀ ਦੇ ਰਹੇ ਨੇ, ਉਸ ਸਮੇਂ ਦਾ ਵਰਣਨ ਮੇਵਾ ਸਿੰਘ ਪਾਲੀ ਅਕਲਾਂ, ਹਾਕਮ ਸਿੰਘ ਉੱਭਾ ਤੇ ਕ੍ਰਿਸ਼ਨ ਸਿੰਘ ਨਰਵਾਣੇ ਦਾ ਕਵੀਸ਼ਰੀ ਜਥਾ ਇਉਂ ਨਦੀ ਚੀਡੋਰੀ ਵਾਹਿਗੁਰੂ ਦੇ ਪਾਣੇ ਤੇ ਜਾਣਦਾ ਨੀ ਕੋਈ ਕਿਹੜਾ ਲੱਗਣਾ ਟਿਕਾਣੇ ਤੇ ਜਾਣਦਾ ਨੀ ਕੋਈ ਕਿਹੜਾ ਲੱਗਣਾ ਟਿਕਾਣੇ ਤੇ ਹੁਣ ਸਤਿਗੁਰੂ ਪਾਰੀ ਪਚਾਵੇ ਘੁੱਟ ਘੁੱਟ ਲਾਵੇ ਇੱਕ ਨੂੰ ਦਾਦੀ ਪੋਤਿਆਂ ਨੂੰ ਕਿੱਧਰ ਲਿਜਾਵੇ ਘੁੱਟ ਘੁੱਟ ਲਾਵੇ ਇੱਕ ਨੂੰ ਹਰ ਜੰਦ ਆਖਦੇ ਨੇ ਕਿੱਧਰ ਨੂੰ ਜਾਣਾ ਏ ਨੇੜੇ ਤੇੜੇ ਜਾਪੇ ਕੋਈ ਪਿੰਡ ਨਾ ਟਿਕਾਣਾ ਏ ਨੇੜੇ ਤੇੜੇ ਜਾਪੇ ਕੋਈ ਪਿੰਡ ਨਾ ਟਿਕਾਣਾ ਏ ਮਾਤਾ ਬੱਚਿਆਂ ਦੀ ਧੀਰਜ ਧਰਾਵੇ ਘੁੱਟ ਘੁੱਟ ਲਾਵੇ ਇੱਕ ਨੂੰ ਮਾਤਾ ਬੱਚਿਆਂ ਨੂੰ ਕਿੱਧਰ ਲਿਜਾਵੇ ਘੁੱਟ ਘੁੱਟ ਲਾਵੇ ਇੱਕ ਨੂੰ ਭਿੱਜੀ ਗਏ ਕੱਪੜੇ ਸੀ ਠੰਡ ਨੇ ਲਤਾੜ ਤੇ ਝਾੜੀਆਂ ਦੇ ਕੰਡਿਆਂ ਨੇ ਹੱਥ ਪੈਰ ਪਾੜ ਤੇ ਝਾੜੀਆਂ ਦੇ ਕੰਡਿਆਂ ਨੇ ਹੱਥ ਪੈਰ ਪਾੜ ਤੇ ਖੂਨ ਕੋਮਲਾ ਕਰਾਂ ਦੇ ਵਿੱਚੋਂ ਜਾਵੇ ਘੁੱਟ ਘੁੱਟ ਲਾਵੇ ਇੱਕ ਨੂੰ ਦਾਦੀ ਪੋਤਿਆਂ ਨੂੰ ਕਿੱਧਰ ਲਿਜਾਵੇ ਘੁੱਟ ਘੁੱਟ ਲਾਵੇ ਇੱਕ ਨੂੰ ਜ਼ੋਰਾਵਰ ਫਤਿਹ ਸਿੰਘ ਦੋਵੇਂ ਛੋਟੇ ਤਾਤ ਜੀ ਨੌਕਰ ਸੀ ਗੰਗੂ ਨਾਲ ਗੁਜਰੀ ਵੀ ਮਾਤ ਸੀ ਨੌਕਰ ਸੀ ਗੰਗੂ ਨਾਲ ਗੁਜਰੀ ਵੀ ਮਾਤ ਸੀ ਐਡਾ ਕਿਸੇ ਤੇ ਵਕਤ ਨਾ ਪਾਵੇ ਘੁੱਟ ਘੁੱਟ ਲਾਵੇ ਇੱਕ ਨੂੰ ਦਾਦੀ ਪੋਤਿਆਂ ਨੂੰ ਕਿੱਧਰ ਲਿਜਾਵੇ ਘੁੱਟ ਘੁੱਟ ਲਾਵੇ ਇੱਕ ਨੂੰ ਵੱਡਾ ਵੀਰ ਦੱਸੀ ਮਾਤਾ ਗਾਇਕੀ ਦੇ ਕੋਲ ਨੇ ਨਾਲ ਹੈ ਨਾ ਪਿਤਾ ਜੀ ਤੇ ਸੁਣਦੇ ਨਾ ਬੋਲਨੇ ਨਾ ਹੀ ਸੇਵਕ ਹੋਣੀ ਮਾਤਾ ਸੇਵਕ ਨਾ ਹੀ ਸੇਵਕ ਨਜ਼ਰ ਕੋਈ ਆਵੇ ਘੁੱਟ ਘੁੱਟ ਲਾਵੇ ਇੱਕ ਨੂੰ ਦਾਦੀ ਪੋਤਿਆਂ ਨੂੰ ਕਿੱਧਰ ਲਿਜਾਵੇ ਘੁੱਟ ਘੁੱਟ ਲਾਵੇ ਇੱਕ ਨੂੰ ਭੁੱਖੇ ਪਾਣੇ ਬੱਚਿਆਂ ਨੂੰ ਲਾਰੇ ਲੱਪੇ ਲਾਉਂਦੀ ਐ ਆਉਂਦੇ ਨੇ ਪਿਤਾ ਜੀ ਆਖ ਧੀਰਜ ਤਰਾਉਂਦੀ ਐ ਆਉਂਦੇ ਨੇ ਪਿਤਾ ਜੀ ਆਖ ਧੀਰਜ ਤਰਾਉਂਦੀ ਐ
ਪਰ ਕਿੱਥੋਂ ਹੈ ਪਰ ਕਿੱਥੋਂ ਦਸ਼ਮੇਸ਼ ਨੂੰ ਬੁਲਾਵੇ ਕੁੱਟ ਕੁੱਟ ਲਾਵੇ ਇੱਕ ਨੂੰ ਦਾਦੀ ਪੋਤਿਆਂ ਨੂੰ ਕਿੱਧਰ ਲਿਜਾਵੇ ਕੁੱਟ ਕੁੱਟ ਲਾਵੇ ਇੱਕ ਨੂੰ ਪ੍ਰੇਮ ਚੰਦਾ ਬਿਪਤਾ ਚ ਹੌਸਲਾ ਨੀ ਹਾਰਦੇ ਸ਼ੇਰ ਦਿਆਂ ਬੱਚਿਆਂ ਨੂੰ ਸ਼ੇਰ ਹੀ ਪੁਕਾਰਦੇ ਸ਼ੇਰ ਦਿਆਂ ਬੱਚਿਆਂ ਨੂੰ ਸ਼ੇਰ ਹੀ ਪੁਕਾਰਦੇ ਹੋਰ ਕਿਹੜਾ ਐਡਾ ਜਿਗਰਾ ਬਣਾਵੇ ਕੁੱਟ ਕੁੱਟ ਲਾ